ਗੁਰੂ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣ ਉਹ ਗੁਰੂ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣ ਖੰਡੇ ਵਾਲਾ ਅਮਰ ਦੀ ਉਹ ਪਿਆਰਿਆ ਖੰਡੇ ਵਾਲਾ ਅਮਰ ਦੀ ਸਾਰੀ ਪ੍ਰਬੰਧਕ ਕਮੇਟੀ ਸਮੂਹ ਸਾਧ ਸੰਗਤ ਜਿਹਨਾਂ ਨੇ ਬੜੇ ਪ੍ਰੇਮ ਦੇ ਨਾਲ
ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਬਾਬੇ ਦੀਆਂ ਕਹਾਣੀਆਂ ਗਾਈਆਂ ਅਤੇ ਸੁਣੀਆਂ ਅਤੇ ਸਾਨੂੰ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖਣ ਅਤੇ ਫਿਰ ਕਿਰਪਾ ਹੋਏਗੀ ਫਿਰ ਤੁਹਾਡੇ ਦੀਦਾਰੇ ਕਰਾਂਗੇ ਅਤੇ ਬੇਸ਼ੱਕ ਅਸੀਂ ਰਾਤ ਨੂੰ ਦੁਬਾਰਾ ਨਹੀਂ ਕਿਤੇ ਲੜ ਜਾਂਦੇ ਮੋਟ ਸਿੰਘ ਅਸੀਂ ਨਹੀਂ ਜਾਂਦੇ ਕਿਉਂਕਿ ਸਾਡਾ ਜ਼ਿਆਦਾ ਨਹੀਂ ਹੈ ਕੀਰਤਨਾ ਸਿਸਟਮ ਅਤੇ ਤੁਹਾਡਾ ਪਿਆਰ ਤੁਹਾਡਾ ਪ੍ਰੇਮ ਖਿੱਚ ਲਿਆ ਹੈ ਇਸ ਕਰਕੇ ਤੁਹਾਡੇ ਚਰਨਾਂ 'ਚ ਆਏ ਹਾਂ ਤੁਸੀਂ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਅਤੇ ਸਭ ਨੂੰ ਇਸੇ ਤਰ੍ਹਾਂ ਹੀ ਕਿਰਪਾ ਬਣਾ ਕੇ ਰੱਖਣ ਸਾਰੇ ਨਗਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਸੇਵਾ ਸਿਮਰਨ ਦੀ ਦਾਤ ਤੁਹਾਡੀ ਝੋਲੀ ਦੇ ਵਿੱਚ ਪਾਵੇ ਇਸ ਦੇ ਨਾਲ ਮੈਂ ਆਪਣੇ ਸਦਨ ਨੂੰ ਸਮਾਪਤ ਕਰਤਾ ਵਾ ਹੋਈਆਂ ਭੁੱਲਾਂ ਬਖਸ਼ ਜਿਹੜੀਆਂ ਸਲੋਕ ਪੜ੍ਹ ਕੇ ਗੁਰਚਰਨ ਚਰਨ ਖਾਸ ਕਰੀ